ਅਸੀਂ ਆਪਣੇ ਗੁਆਂਢੀ ਜਿਹੜੇ ਰਘਵੀਰ ਸਿੰਘ ਸੀਗਾ ਉਹਨਾਂ ਦੇ ਪਰਿਵਾਰ ਨੂੰ ਇੱਕ ਦੇ ਦਿੱਤੀ ਅਸੀਂ ਜੀ। ਪਰ ਇਹ ਸੰਤ ਬਾਬਾ ਚਰਨਜੀਤ ਸਿੰਘ ਜਿਹੜਾ ਇੱਥੇ ਸਾਡੇ ਡੇਰਾ ਇੱਕ ਖਾ ਕੇ ਬੈਠਾ, ਉਹਨੇ ਧੱਕੇ ਦੇ ਨਾਲ ਇਹਨਾਂ ਦੇ ਕੋਲੋਂ ਸਾਡੇ 2-2.5 ਕਨਾਲ ਜਗ੍ਹਾ ਦੇ ਉੱਪਰ ਕਬਜ਼ਾ ਕਰ ਲਿਆ। ਉਹਨਾਂ ਦੇ ਜਿਹੜਾ ਰਕਬਾ ਲਗਭਗ 2.5 ਕਨਾਲ ਦਾ ਜਿੱਥੇ ਕਿ ਬਾਜਰਾ ਧੱਕੇ ਨਾਲ ਕਿਸੇ ਨੂੰ ਵਿਜਿਆ ਸੀਗਾ, ਉਹਦਾ ਕਬਜ਼ਾ ਦਵਾਇਆ ਗਿਆ ਮੁਲਾਜ਼ਮਾਂ ਦੇ ਸਾਹਮਣੇ। ਗੜ ਸ਼ੰਕਰ ਦੇ ਪਿੰਡ ਜੱਸੋਵਾਲ ਦੇ NRI ਦੀ ਜ਼ਮੀਨ 'ਤੇ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਮਾਲ ਮਹਿਕਮੇ ਦੇ ਅਧਿਕਾਰੀਆਂ ਨੇ ਪੁਲਿਸ ਦੀ ਹਦਾਇਤ ਨਾਲ ਖਾਲੀ ਕਰਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ NRI ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਜੱਸੋਵਾਲ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਸਮੇਤ ਅਮਰੀਕਾ ਰਹਿੰਦੇ ਨੇ ਅਤੇ ਉਹਨਾਂ ਨੇ ਆਪਣੀ ਜ਼ਮੀਨ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਠੇਕੇ ਤੇ ਦਿੱਤੀ ਹੋਈ ਹੈ। ਪਰ ਪਿੰਡ ਦੇ ਇੱਕ ਹੋਰ ਵਿਅਕਤੀ ਵੱਲੋਂ ਕੁਝ ਸਮਾਂ ਪਹਿਲਾਂ ਉਹਨਾਂ ਦੀ 2.5 ਕਨਾਲ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਲਿਆ। ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਹਨਾਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੀਤੀ ਅਤੇ ਸਾਰਾ ਮਾਮਲਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਧਿਆਨ ਵਿੱਚ ਲਿਆਂਦਾ ਗਿਆ। ਉਹਨਾਂ ਦੱਸਿਆ ਕਿ ਪਹਿਲਾਂ ਉਕਤ ਜ਼ਮੀਨ ਦੀ ਮਿੰਤੀ ਮਾਲ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਸੀ ਅਤੇ ਅੱਜ ਪੁਲਿਸ ਦੀ ਮੌਜੂਦਗੀ ਵਿੱਚ ਸ਼ਾਂਤਮਈ ਤਰੀਕੇ ਨਾਲ ਨਜਾਇਜ਼ ਕਬਜ਼ਾ ਛੁਡਵਾਇਆ ਗਿਆ ਅਤੇ ਉਹਨਾਂ ਆਪਣੇ ਖੇਤ ਦੇ ਆਲੇ ਦੁਆਲੇ ਤਾਰ ਲਗਾ ਕੇ ਬਗਲ ਕੀਤਾ ਗਿਆ। ਇਸ ਮੌਕੇ ਉਹਨਾਂ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪਟਵਾਰੀ ਜੋਗਾ ਸਿੰਘ ਨੇ ਕੀ ਦੱਸਿਆ, ਉਹ ਸੁਣਦੇ ਹਾਂ ਉਹਨਾਂ ਤੋਂ। ਮੈਂ ਕੁਲਵਿੰਦਰ ਸਿੰਘ, ਪਿੰਡ ਵਾਸੀ ਜੱਸੋਵਾਲ, ਕਿ ਮੈਂ ਤਾਂ ਅਮਰੀਕਾ ਵਿੱਚ ਰਹਿੰਦਾ ਸਾਰੇ ਸਾਡੀ ਫੈਮਿਲੀ, ਪਰ ਇਹ ਅਸੀਂ ਆਪਣੇ ਗੁਆਂਢੀ ਜਿਹੜੇ ਰਘਵੀਰ ਸਿੰਘ ਸੀਗਾ ਉਹਨਾਂ ਦੇ ਪਰਿਵਾਰ ਨੂੰ ਠੇਕੇ ਤੇ ਦਿੱਤੀ ਅਸੀਂ ਜ਼ਮੀਨ ਤਾਂ। ਪਰ ਇਹ ਸੰਤ ਬਾਬਾ ਚਰਨਜੀਤ ਸਿੰਘ ਜਿਹੜਾ ਇੱਥੇ ਸਾਡੇ ਡੇਰਾ ਇੱਕ ਕਮਰਾ ਬਣਾ ਕੇ ਬੈਠਾ, ਉਹਨੇ ਧੱਕੇ ਦੇ ਨਾਲ ਇਹਨਾਂ ਦੇ ਕੋਲੋਂ ਸਾਡੇ 2-2.5 ਕਨਾਲ ਜਗ੍ਹਾ ਦੇ ਉੱਪਰ ਕਬਜ਼ਾ ਕਰ ਲਿਆ। ਅਸੀਂ ਬਾਹਰ ਹੋਣ ਕਰਕੇ ਇਹ ਵੀ ਵਿਚਾਰੇ ਮਾਲਕ ਨਹੀਂ ਸੀਗੇ, ਇਸ ਕਰਕੇ ਉਹ ਛੁਡਵਾ ਨਹੀਂ ਸਕੇ। ਅਤੇ ਮੈਂ ਹੁਣ 4 ਮਹੀਨੇ ਤੋਂ ਇੱਥੇ ਆ ਕੇ ਇੰਡੀਆ ਦੇ ਵਿੱਚ ਇਹ ਸਟਰਗਲ ਕੀਤਾ ਅਤੇ DC ਸਾਹਿਬ ਦੇ ਦਰਖਾਸਤ ਵੀ ਦਿੱਤੀ ਅਤੇ SDM ਸਾਹਿਬ ਦੇ ਵੀ ਆਈਆਂ ਦਰਖਾਸਤਾਂ, ਤਹਿਸੀਲਦਾਰ ਸਾਹਿਬ ਦੇ ਵੀ ਆਈਆਂ, ਜੈ ਕਿਸ਼ਨ ਸਿੰਘ ਰੌੜੀ ਜੀ ਵੀ ਸਾਡੇ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ, ਉਹਨਾਂ ਨੂੰ ਵੀ ਦੱਸਿਆ। ਅਤੇ ਅੱਜ ਸਾਨੂੰ ਪ੍ਰਸ਼ਾਸਨ ਵੱਲੋਂ ਅਤੇ ਮੁਲਾਜ਼ਮਾਂ ਵੱਲੋਂ, ਪੁਲਿਸ ਦੇ ਮੁਲਾਜ਼ਮਾਂ ਨੇ ਅੱਜ ਰਲ ਮਿਲ ਕੇ ਸਾਡਾ ਇਹ ਮਸਲਾ ਹੱਲ ਕਰਵਾਇਆ ਅਤੇ ਅੱਜ ਸਾਨੂੰ ਕਬਜ਼ਾ ਮਿਲ ਚੁੱਕਾ ਹੈ। ਅਤੇ ਇਹ ਜੋ ਨਿਯਮਾਂ ਦੇ ਹਿਸਾਬ ਸੀ ਉਹ ਸਾਡੀ ਕਾਰਵਾਈ ਹੋਈ ਹੈ ਅਤੇ ਕੋਈ ਵੀ ਗਲਤ ਕੰਮ ਨਹੀਂ ਇਹਦੇ ਵਿੱਚ ਹੈਗਾ। ਆਪਣੀ ਜ਼ਮੀਨ ਸੀ, ਮਾਲਕੀ ਦੇ ਸਾਡੇ ਕਾਗਜ਼ ਪੱਤਰ ਸਾਡੇ ਆਪਣੇ ਮੇਰੇ ਨਾਮ ਬੋਲਦੇ ਸੀ, ਮਾਲ ਮਹਿਕਮੇ ਨੇ ਨਿਸ਼ਾਨਦੇਹੀ ਕੀਤੀ, ਉਹਦੇ ਵਿੱਚ ਵੀ ਸਾਰੀ ਮਾਲਕੀ ਦੇ ਪੇਪਰ ਸਾਡੇ ਆਪਣੇ ਠੀਕ, ਅਸੀਂ ਕਿਸੇ ਦਾ ਕੋਈ ਇੱਕ ਇੰਚ ਥਹਿਮ ਵੀ ਰੱਖਿਆ ਨਹੀਂ। ਜੋਗਾ ਸਿੰਘ ਪਟਵਾਰੀ ਹੈ, ਹਲਕਾ ਬੀੜਾਂ, ਅਤੇ ਅੱਜ ਮੌਕੇ ਦੇ ਮੁਲਾਜ਼ਮਾਂ ਦੀ ਹਾਜ਼ਰੀ ਦੇ ਵਿੱਚ ਅਤੇ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਜੱਸੋਵਾਲ ਨੂੰ ਉਹਨਾਂ ਦੇ ਜਿਹੜਾ ਰਕਬਾ ਲਗਭਗ 2.5 ਕਨਾਲ ਦਾ ਜਿੱਥੇ ਕਿ ਬਾਜਰਾ ਧੱਕੇ ਨਾਲ ਕਿਸੇ ਨੇ ਬੀਜਿਆ ਸੀਗਾ, ਉਹਦਾ ਕਬਜ਼ਾ ਦਵਾਇਆ ਗਿਆ ਮੁਲਾਜ਼ਮਾਂ ਦੇ ਸਾਹਮਣੇ। ਅਤੇ ਜ਼ਮੀਨ ਹੈਗੀ ਆ ਉਹ ਗੁਰਦੁਆਰੇ ਸਾਹਿਬ ਦੇ ਵਿੱਚ ਆ, ਉਹ ਪੰਜਾਬ ਸਾਹਿਬ ਦੇ ਦਾਸ ਦੇ ਹੁਕਮ ਨਾਲ ਕਿਤੇ ਮਤਲਬ ਹੋਏਗੀ ਤਕਸੀਮ ਦਾ।